ਅਸਲਾਮੁਅਲੈਕਮ ਜੀ ਲੋਕਾਂ ਦੀ ਖੁਆਇਸ਼ ਹੁੰਦੀ ਏ ਜਿਹੜੇ ਕ੍ਰਿਕਟਰ ਇੰਟਰਨੈਸ਼ਨਲ ਹੁੰਦੇ ਨੇ ਸੌਆਂ ਦੇ ਹਿਸਾਬ ਨਾਲ ਮੈਚ ਖੇល ਜਾਂਦੇ ਨੇ 50 ਮੈਚ ਖੇល ਜਾਂਦੇ ਨੇ 2 200 ਮੈਚ ਖੇល ਜਾਂਦੇ ਨੇ 5 500 ਤੱਕ ਲੋਕੀ ਜਿਹੜੇ ਬੈਸਟਮੈਨ ਨੇ ਵੱਡੇ ਵੱਡੇ ਪਲੇਅਰ ਨੇ ਜਿੰਦੇ ਵਿੱਚ ਰੋਕੀ ਪੋਂਟਿੰਗ ਆਂਦਾ ਹੈ ਇਸ ਤੋਂ ਇਲਾਵਾ ਐਮ ਐਸ ਦੋਨੀ ਆਂਦਾ ਹੈ ਇਸ ਤੋਂ ਇਲਾਵਾ ਯੂਵਕਰ ਯੂਨਸ ਆਂਦਾ ਹੈ ਜਾਂ ਇਸ ਤੋਂ ਇਲਾਵਾ ਮਿਸਬਲ ਹਾਕਾ ਆਂਦਾ ਹੈ ਇਹ ਮੁਹੰਮਦ ਯੂਸਫ ਆਂਦਾ ਉਹ ਇੰਨੇ ਨੇ 500 200 ਮੈਚ ਖੇល ਜਾਂਦੇ ਨੇ ਲੇਕਿਨ ਉਹਨਾਂ ਦਾ ਸੀਸੀ ਲੱਗੇ ਨਾਮ ਨਹੀਂ ਆਂਦਾ پاکستان ਦੇ ਸੱਤ ਸ਼ਕੀਲ ਸਿਰਫ ਸਿਰਫ 7 ਮੈਚ ਖੇល ਕੇ ਉਹਦਾ ICC ਦੇ ਅੱਗੇ ਨਾਮ ਆ ਗਿਆ ICC ਨੇ ਉਹਦੇ ਅੱਗੇ ਬਹੁਤ ਵੱਡੀ ਇੱਕ ਅਨਾਉਂਸ ਕੀਤੀ ਹੈ ਸੱਤ ਸ਼ਕੀਲ ਵਾਸਤੇ ਔਰ ਸੱਤ ਸ਼ਕੀਲ ਜਿਹੜਾ ਦੁਨੀਆ ਦੇ ਟਾਪ 5 ਨੰਬਰਾਂ ਦੇ ਵਿੱਚ ਆਇਆ ਹੈ ਤਾਇਫਾਬ ਦੇ ਵਿੱਚ ਵੀ ਨਹੀਂ ਮਲਕ ਟਾਪ 2 ਦੇ ਵਿੱਚ ਉਹ ਆਇਆ ਯਾਨੀ ਕਿ ਟਾਪ 2 ਦੇ ਵਿੱਚ ਸੱਤ ਸ਼ਕੀਲ ਦਾ ਨਾਮ ਹੈ ਜਿਹੜੇ ਉਹ ਬੰਦੇ ਜਿਹੜੇ ਉਹ ਪਲੇਅਰ ਨੇ ਜਿਹੜੇ ਪਾਕਿਸਤਾਨ ਦੇ ਦੁਨੀਆ ਭਰ ਦੇ ਜੇ ਟਾਪ 5 ਦੇ ਵਿੱਚ ਤੇਜ਼ ترین ਟੈਸਟ ਦੇ ਵਿੱਚ 200 ਰਨ ਬਣਾਉਣ ਦੇ ਵਿੱਚ ਮਾਹਰ ਨੇ ਉਹਦੇ ਵਿੱਚ ਸਾਚਕੀਲ ਦਾ ਦੂਸਰੇ ਨੰਬਰ ਤੇ ਨਾਮ ਉਹਨਾਂ ਪੰਜਾਂ ਦਾ ਮਤਲਬ ਨਾਮ ਦੱਸਣਾ ਵਾ ਤੇ ਪਾਕਿਸਤਾਨ ਸਾਚਕੀਲ ਹੈਜ਼ ਮੇਡ ਆ ਡ੍ਰੀਮ ਸਟਾਰ ਟੂ ਹਿਸ ਟੈਸਟ ਕੇਅਰ ਠੀਕ ਹੈ ਜੀ ਹਾਈएस्ट ਬੈਟਿੰਗ ਐਵਰੇਜ ਮੈਨਸ 10 ਇਨਿੰਗਸ ਦੇ ਅੰਦਰ ਅੰਦਾ ਜਿਨਾ ਬਣਾਇਆ ਪਹਿਲੇ ਨੰਬਰ ਤੇ ਜਿਹੜਾ ਮੌਜੂਦ ਹੈ ਡੈਮ ਬ੍ਰੈਡਮਨ ਹੈ ਜਿੰਦਾ 99.94 ਇਹ ਪਹਿਲੇ ਨੰਬਰ ਤੇ ਮੌਜੂਦ ਤੇਜ਼ ਤ੍ਰਿੰਨ ਬਣਾਉਣ ਦੇ ਵਿੱਚ ਦੂਸਰੇ ਨੰਬਰ ਤੇ ਪਾਕਿਸਤਾਨ ਦਾ ਸਾਚਕੀਲ ਜਿਹੜਾ ਸਾਚਕੀਲ ਹੁੰਦਾ 98. 50 ਯਾਨੀ ਕਿ 98.50 ਸਾਡੇ 98 ਦੇ ਅਸਰ ਹਿਸਾਬ ਨਾਲ ਸਾ ਚਕੀਲ ਦੂਸਰੇ ਨੰਬਰ ਤੇ ਵ ਤੇਜ਼ ਤਰੀਕ ਰਨ ਬਣਾਉਣ ਦੇ ਵਿੱਚ ਆਈਸੀਸੀ ਦੀ ਇਹ டாਪ 10 ਬੰਦਿਆਂ ਦੇ ਵਿੱਚ ਸਟੇਵਡ ਅੰਬੈਸਟਰ ਸਟੇਵਡ ਅੰਬੈਸਟਰ ਇਹ ਵੀ ਨਿਊਜ਼ੀਲੈਂਡ ਹੈ ਤੇ 65.72 ਪੁਆਇੰਟ ਦੇ ਹਿਸਾਬ ਨਾਲ ਤੀਸਰੇ ਨੰਬਰ ਤੇ ਵ ਇੰਗਲੈਂਡ ਦਾ ਹੈਰੀ ਬਰੋਕ 64.25 ਚੌਥੇ ਨੰਬਰ ਤੇ ਮੌਜੂਦ ਦੇ ਇਸ ਤੋਂ ਬਾਅਦ ਫਿਰ ਆਸਟ੍ਰੇਲੀਆ ਦਾ ਸਿਡਨੀ ਬਰਨੇਸ 63.5 ਤੇ ਮੌਜੂਦ ਹੈ ਪੰਜ ਨੰਬਰਾਂ ਤੇ ਪਾਕਿਸਤਾਨ ਜਿਹੜਾ ਸੱਚ ਕੀਲੇ ਉਹ ਬਹੁਤ ਹੀ ਵੱਡਾ ਖੁਸ਼ਕਿਸਮਤ ਹੈ ਜਿੰਦਾ ਟਾਪ 5 ਦੇ ਵਿੱਚ ਨਾਮ ਆਇਆ ਹੈ ਜਿਹੜਾ ਟਾਪ 5 ਦੇ ਵਿੱਚ ਮੌਜੂਦ ਹੈ ਤੇ ਉਹਦਾ ਨਾਮ ਦੂਸਰੇ ਨੰਬਰ ਤੇ ਮੌਜੂਦ ਉਹਨਾਂ ਦੇ ਵਿੱਚ ਮੌਜੂਦ ਹੈ ਜਿਹੜੇ ਤੇਜ਼ ਤਰੀਨ ਹਾਈएस्ट ਸਕੋਰ ਬਣਾਉਣ ਦੇ ਵਿੱਚ ਟੈਸਟ ਦੇ ਵਿੱਚ ਇਸ ਟਾਈਮ ਯਾਨੀ ਕਿ ਮੁੱਤਾਂ ਗੁਜ਼ਰਗੀਆਂ ਸਾਲ ਗੁਜ਼ਰਗੇ ਮੁੱਤਾਂ ਗੁਜ਼ਰਗੀਆਂ 2-2 ਸਾਲ 3-3 ਸਾਲ ਹੋ ਗਏ ਇੰਟਰਨੈਸ਼ਨਲ ਕ੍ਰਿਕਟ ਹੁੰਦੇ ਨੇ ਅੱਜ ਤੱਕ ਜਿਹੜਾ ਸਾਸ਼ਕੀਲ ਉਹਨਾਂ ਦੇ ਵਿੱਚ ਸ਼ਾਮਲ ਹੋਇਆ ਜਿਹੜੇ ਤੇਜ਼ ਟ੍ਰੀਨਰ ਰਨਸ ਬਣਾਉਂਦੇ ਸਨ ਉਹਨਾਂ ਵੇ 2 ਨੰਬਰ ਤੇ ਆਇਆ ਇੱਕ ਸਾਥ ਸ਼ਕੀਲ ਵਾਸਤੇ ਇੱਕ ਖੁਸ਼ਕਿਸਮਤੀ ਵਾਲੀ ਗੱਲ ਹੈ ਪਾਕਿਸਤਾਨੀਆਂ ਵਾਸਤੇ ਵੀ ਖੁਸ਼ਕਿਸਮਤੀ ਵਾਲੀ ਗੱਲ ਹੈ ਇਸ ਤੋਂ ਅੱਛੀ ਕਿਹੜੀ ਗੱਲ ਹੋ ਸਕਦੀ ਪਾਕਿਸਤਾਨ ਦਾ ਇੱਕ ਬੈਸਟਮੈਨ ਆਵੇ ਔਰ ਆ ਕੇ ਪੰਜ ਸੱਤੀ ਇਹ ਮੈਚ ਖੇਲੇ ਤੇ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਆਈ ਸੀਸੀ ਦੇ ਆਜਾਦ ਆਈ ਸੀਸੀ ਬਕਾਇਦਾ ਤੌਰ ਤੇ ਉਹਨਾਂ ਦੇ ਵਾਸਤੇ ਟਵੀਟ ਕਰੇ ਪਾਕਿਸਤਾਨ ਦੇ ਇੱਟ ਡਾ ਵੱਡੇ ਬੈਸਟਮੈਨ ਜਿਨ੍ਹਾਂ ਦੇ ਅੰਦਰ ਬਾਬਰ ਅਜ਼ਮ ਵੀ ਸ਼ਾਮਲ ਹੈ ਅਜ਼ਰ ਅਲੀ ਸ਼ਾਮਲ ਯੂਨਸ ਖਾਨ ਸ਼ਾਮ उन्हें डेढ़ डेढ़ सौ दो दो सौ मैच खेल चुके हैं लेकिन उन्होंने आईसीसी इस पोजिशन से नहीं आ सके जे पाकिस्तान के साह शकील ने कारनामा सार अंजाम दता है तो एक छोटा कारनामा नहीं बड़ा व्डा कारनामा है साह शकील और पाकिस्तानी वास्तव हमेशा याद रखा जाएगा आईसीसी ने हमेशा याद रखे इस टवीर